ਹੈਲੋ ਜੀ, ਹੈਲੋ, ਦਿਸ ਇਜ਼ ਦੇਸੀ ਪੰਜਾਬੀ ਸਿਮੀਆ। ਮਿਲੋ ਜੀ ਮੇਰੇ ਫੈਨ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ, ਸਭ ਖੈਰੀਅਤ ਹੈ? ਵਧੀਆ ਵਧੀਆ, ਸਭ ਖੈਰੀਅਤ ਹੈ। ਸਿਮੀ ਜੀ, ਐਸੇ ਸ਼ੁਭ ਦਿਨ ਮੇ ਆਪਣੀ ਲਾਈਫ ਕੀ ਕੋਈ ਅਚੀਵਮੈਂਟ ਬਤਾਏ ਹਮੇ। ਹੋ ਜੀ, ਅਚੀਵਮੈਂਟ ਜੀ, ਅਚੀਵਮੈਂਟ ਤਾਂ ਮੇਰੀ ਹੈਗੀ ਹੈ ਕਿ ਮੇਰਾ, ਮੈਂ ਨਾ ਮੁੰਡੇ ਬੜੇ ਕੁੱਟੇ ਆ, ਹੁਣ ਵੀ ਮੈਨੂੰ ਲੱਗਦਾ ਕਿ ਉਸ ਚੀਜ਼ ਦਾ ਕਾਫੀ ਸਕੋਪ ਵੀ ਹੈਗਾ। ਹੁਣੇ ਵੀ ਮੁੰਡੇ ਨਾ ਕੁੱਟੇ ਜਾ ਸਕਦੇ। ਕਈ ਬੰਦੇ ਮੈਨੂੰ ਐਵੇਂ ਤੰਗ ਕਰਦੇ ਰਹਿੰਦੇ ਆ, ਇੱਧਰ ਉੱਧਰ ਜਿਹੜੇ ਮਿਲਦੇ ਆ ਮੈਨੂੰ, ਕਈ ਜਿਹੜੀ ਪਾਰਟੀ 'ਚ ਮਿਲਦੇ ਆ ਮੈਨੂੰ, ਕਹਿੰਦੇ ਜੀ ਤੁਸੀਂ ਭੈਣ ਜੋ ਕਰੋ। ਮੈਂ ਕਿਉਂ ਕਰਾਂ, ਐਵੇਂ ਕਿਉਂ ਮੈਂ ਲੋਕਾਂ ਨੂੰ ਗਾਲਾਂ ਕੱਢਾਂ? ਮੈਂ ਸੋਚਦੀ ਹਾਂ ਉਹਨਾਂ ਬੰਦਿਆਂ ਨੂੰ ਨਾ ਇੱਕ ਦਿਨ ਫੜ ਕੇ ਕੁੱਟ ਦੇਣਾ ਮੈਂ। ਤੁਸੀਂ ਕੀ ਕਹਿੰਦੇ ਹੋ? ਸਹੀ ਹੈ, ਬਿਲਕੁਲ ਸਹੀ ਹੈ। ਇੱਕ ਰਿਕੁਐਸਟ ਹੈ ਮੇਰੀ, ਇਹ ਕੁੜੀ ਹੈਗੀ ਬੜੀ ਵੀਕ ਹੈਗੀ, ਆਪਣੇ ਵਰਗਾ ਸਟਰੋਂਗ ਬਣਾ ਦਿਓ ਜੀ ਉਹਨੂੰ। ਇੱਕ ਬੰਦਾ ਹੈ ਜਿਹਨਾਂ ਨੂੰ ਕੁੱਟਣਾ ਹੈ, ਤੋ ਸਟਰੋਂਗ ਬਣਾ ਦੋ, ਕਲਾਸਿਸ ਲੈ। ਓ ਅੱਛਾ 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 ਅੱਛਾ, ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਜਿਹੜੀ ਤੁਹਾਡੀ ਕੋਈ ਹੈਗੇ ਜਾਣ ਪਛਾਣ ਦੀ ਕੁੜੀ, ਉਹਨੂੰ ਸਿਖਾਵਾਂ ਕਿ ਬੰਦਾ ਕਿੱਦਾਂ ਕੁੱਟੀਦਾ ਹੈ ਨਾ, ਉਹ ਚਾਹੁੰਦੇ ਹੋ? ਹਾਂਜੀ ਹਾਂਜੀ ਜੀ ਹਾਂਜੀ। ਓ ਲੈ ਜੀ, ਪ੍ਰੋਬਲਮ ਹੀ ਕੋਈ ਨਹੀਂ ਹੈ, ਤੇ ਤੁਸੀਂ ਭੇਜ ਦਿਓ ਕੁੜੀ ਨੂੰ, ਮੈਂ ਉਹਨੂੰ ਕਲਾਸਿਸ ਦੇ ਦਿਆਂਗੀ। ਅੱਜ ਕੱਲ੍ਹ ਤਾਂ ਆਪਾਂ ਫ੍ਰੀ ਹੈਗੇ ਹਾਂ, ਘਰ ਵਿਹਲੇ ਬੈਠੇ ਹਾਂ, ਜਦੋਂ ਤੁਸੀਂ ਚਾਹੋ ਤੁਸੀਂ ਭੇਜ ਦਿਓ। ਦੱਸੋ ਕਦੋਂ ਭੇਜੋਗੇ? ਹੈਂਜੀ, ਆਨਲਾਈਨ ਹੀ ਕਰਾਂਗੇ ਕਲਾਸਿਸ। ਕਿਉਂ? ਆਨਲਾਈਨ ਕਲਾਸਿਸ ਕਰਾਂਗੇ, ਆਨਲਾਈਨ। ਅੱਛਾ ਅੱਛਾ, ਕੋਈ ਗੱਲ ਨਹੀਂ, ਆਨਲਾਈਨ ਮੈਂ ਉਹਨਾਂ ਨੂੰ ਗਾਲਾਂ ਸਿਖਾ ਦਿਆਂਗੀ, ਆਨਲਾਈਨ ਗਾਲਾਂ ਸਿਖਾ ਦਿਆਂਗੀ, ਉਹਨਾਂ ਦਾ ਹੌਸਲਾ ਵੱਧ ਜੂਗਾ। ਨਹੀਂ ਤਾਂ ਜਦੋਂ ਕਰੋਨਾ ਵਾਇਰਸ ਖਤਮ ਹੋ ਜੂਗਾ, ਤੁਸੀਂ ਉਹ ਕੁੜੀ ਨੂੰ ਭੇਜ ਦੇਣਾ ਮੇਰੇ ਕੋਲ। ਠੀਕ ਹੈ ਜੀ, ਭੇਜ ਦਿਓਗੇ? ਬਸ ਫਿਰ ਤਾਂ ਇੱਕ ਵਾਰੀ ਉਹਨਾਂ ਨੂੰ ਗਾਲਾਂ ਚੰਗੀਆਂ ਆ ਗਈਆਂ ਨਾ, ਅੱਧਾ ਕੰਮ ਤਾਂ ਤੁਹਾਡਾ ਉੱਦਾਂ ਹੀ ਹੋ ਜਾਣਾ, ਉਹਦੇ ਬਾਅਦ ਤਾਂ ਚਪੇੜਾ ਚਪੂਣਾ ਦੋ ਹੀ ਹੋ। ਬਸ ਜੀ, ਫਿਰ ਤਾਂ ਕੁੱਟ ਗਿਆ ਸਮਝੋ ਤੁਹਾਡਾ ਉਹ ਬੰਦਾ, ਅਸੀਂ ਕੁੱਟ ਛੱਡਣਾ। ਠੀਕ ਹੋ ਤੁਸੀਂ? ਠੀਕ ਹੈ ਜੀ, ਠੀਕ। ਬਸ ਫਿਰ ਆਪਾਂ ਹੁਣ ਕਹੀਏ, ਕੀਪ ਵਾਚਿੰਗ ਦੇਸੀ ਪੰਜਾਬੀ ਸਿੰਮੀ। ਜੇ ਤੁਹਾਡੇ ਕੋਲ ਵੀ ਕੋਈ ਰਿਕੁਐਸਟ ਹੈ, ਤੁਸੀਂ ਵੀ ਭੇਜੋ, ਤੁਸੀਂ ਵੀ ਟੈਗ ਕਰੋ ਇੱਦਾਂ ਦੇ ਬੰਦਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਥੋੜ੍ਹਾ ਜਿਹਾ ਕੁੱਟਣਾ ਚਾਹੁੰਦੇ ਹੋ, ਹੈ ਕਿ ਨਹੀਂ? ਐਂਡ ਕੀਪ ਇੰਜੋਇੰਗ।